किते ढोल वजदा ओए किते चिमटा ਅੱਜ ਅਸੀਂ ਤੁਹਾਨੂੰ ਮਿਲਵਾਨ ਲੈ ਕੇ ਆਏ ਹਾਂ ਇਹਾਨਾ ਢਿੱਲੋਂ ਨਾਲ ਜੋ ਕਿ ਫਿਲਮਾਂ 'ਚ ਨਜ਼ਰ ਆ ਚੁੱਕੇ ਨੇ ਪੰਜਾਬੀ ਫਿਲਮਾਂ 'ਚ ਅਤੇ ਇਸ ਤੋਂ ਬਾਅਦ ਹੁਣ ਉਹ ਨਜ਼ਰ ਆ ਵਾਲੇ ਨੇ ਆਪਣੀ ਅਪਕਮਿੰਗ ਫਿਲਮ ਠੱਗ ਲਾਈਵ ਵਿੱਚ ਅਤੇ ਇਸ ਦੌਰਾਨ ਕੀ ਇੰਸੀਡੈਂਟ ਹੋਇਆ ਅਤੇ ਇਹਦੀ ਜਿਹੜੀ ਮੇਕਿੰਗ ਦੀ ਕੀ ਬੈਕ ਸਟੋਰੀ ਹੈ ਉੱਥੇ ਤੁਹਾਨੂੰ ਜ਼ਰੂਰ ਦੱਸਾਂਗੇ ਫਿਲਹਾਲ ਕਰਦੇ ਹਾਂ ਇਹਨਾਂ ਨਾਲ ਮੁਲਾਕਾਤ ਵੈਲਕਮ ਜੀ ਹਾਏ ਕੀ ਹਾਲ ਹੈ ਬਹੁਤ ਵਧੀਆ ਤੁਸੀਂ ਸੁਣਾਓ ਕਿੱਦਾਂ ਬਹੁਤ ਵਧੀਆ ਤੁਸੀਂ ਪੰਜਾਬੀ ਫਿਲਮਾਂ ਦੀ ਸ਼ੁਰੂਆਤ ਕੀਤੀ ਹੈ ਡੈਡੀ ਕੂਲ ਮੁੰਡੇ ਫੂਲ ਫਿਲਮ ਤੋਂ ਉਸ ਤੋਂ ਬਾਅਦ ਤੁਸੀਂ ਫਿਲਮ ਕੀਤੀ ਹੈ ਟਾਈਗਰ ਅਤੇ ਹੁਣ ਠੱਗ ਲਾਈਫ ਸੋ ਬੀਂਗ ਐਨ ਐਕਟਰੈਸ ਆਫ ਦਿਸ ਇੰਡਸਟਰੀ ਪਰਟੀਕੁਲਰਲੀ ਪੰਜਾਬੀ ਇੰਡਸਟਰੀ ਹਾਊ ਡੂ ਯੂ ਅੰਡਰਸਟੈਂਡ ਦਿਸ ਇੰਡਸਟਰੀ ਸਪੈਸ਼ਲੀ ਪੰਜਾਬੀ ਇੰਡਸਟਰੀ ਮੇਰੀ See, I was mostly lived in, I was based in New York. So most of the time I lived in New York only. So when I went to India, wapis shift hui, so I did my acting course and when I started my acting career. So my first, actually preference always was Punjabi movie. But first of all, I had Hindi movies de kafi offers hai, par mainu koi achha nahi laga. So I didn't take any, I didn't like the character actually, the one they were offering me. So my first movie was Daddy Cool Munde Phool, which was offered to me. And I was really happy ki main shuruaat Punjabi cinema to kiti hai kyunki us to pehla I know Punjabi cinema was there but I think hardly people used to watch Punjabi movies and now from last 5-6 years it's actually booming and I'm really happy that now they are making concept basis movies acha jis tarah aajkal jehdi competition di gal kariye har field ch corporate world ch film industry ch Punjabi filmaan ch ta of course kudiyan layi vi competition bahut zyada vadh gaya hai ਅਤੇ ਹਾਊ ਡੂ ਯੂ ਸੀ ਯੋਰ ਸੈਲਫ ਇਨ ਦਿਸ ਪਰਟੀਕੁਲਰਲੀ ਇਨ ਦਿਸ ਟਾਈਮ ਪੀਰੀਅਡ ਆਫ ਪੰਜਾਬੀ ਸਿਨੇਮਾ ਸੀ ਕੰਪੀਟੀਸ਼ਨ ਇਜ਼ ਇਨ ਐਵਰੀ ਇੰਡਸਟਰੀ ਇਟਸ ਨੋਟ ਓਨਲੀ ਇਨ cinema right yeah it's in every industry so punjabi cinema obviously there is a competition but main apne aap nu kise de naal competition de vich nahi rakhdi because saryan di personality everyone has a different personality every individual is different so je apan ajj di cinema di ajj di gal kariye jive tusi mainu question puchha ki main apne aap nu kithe rakhdi ha ajj so I would say ki main apne aap nu kise de naal compare nahi kardi mere to I'm very new in this industry bahut sare senior actors ne mere to bahut sare senior actors ne I really appreciate them when ona to kuch sikhan nu milda I really learn a lot of things from them so main apne aap nu kise naal compare nahi kardi ha I really appreciate koi acha kam kar raha hai main onu appreciate kardi ha jive hune Sargun Mehta nu best actress da award mila si I personally said congrats to her because ohne actually acha kam kita onu ਉਹਨੂੰ ਅਵਾਰਡ ਮਿਲਿਆ ਸੋ ਯੂ ਸ਼ੁੱਡ ਐਪਰੀਸ਼ੀਏਟ ਦਾ ਪੀਪਲ ਜਿਨ੍ਹਾਂ ਨੂੰ ਜੋ ਅੱਛਾ ਕੰਮ ਕਰ ਰਿਹਾ ਸੋ ਆਈ ਥਿੰਕ ਮੈਂ ਆਪਣੇ ਆਪ ਨੂੰ ਕਿਸੇ ਨਾਲ ਕੰਪੇਅਰ ਨਹੀਂ ਕਰਦੀ ਆਈ ਐਮ ਟੋਟਲੀ ਡਿਫਰੈਂਟ ਪਰਸਨੈਲਿਟੀ ਫਰੋਮ ਅਦਰ ਪੀਪਲ ਸੋ ਆਈ ਥਿੰਕ ਇਹ ਲੋਕਾਂ 'ਤੇ ਡਿਪੈਂਡ ਕਰਦਾ ਕਿ ਉਹ ਐਜ਼ ਏ ਐਕਟ੍ਰੈਸ ਮੈਨੂੰ ਕਿੱਦਾਂ ਲੈਂਦੇ ਆ ਔਰ ਦੂਸਰੇ ਨੂੰ ਕਿੱਦਾਂ ਲੈਂਦੇ ਸੋ ਇਟ ਆਲ ਡਿਪੈਂਡਸ ਔਨ ਦਾ ਆਡੀਅੰਸ ਜਿਸ ਤਰ੍ਹਾਂ ਕਿ ਮੈਂ ਇੰਟਰੋਡਕਸ਼ਨ 'ਚ ਕਿਹਾ ਸੀ ਤੁਹਾਡੀ ਜਿਹੜੀ ਨੈਕਸਟ ਫਿਲਮ ਹੈ ਉਹ ਠੱਗ ਲਾਈਫ ਆ ਰਹੀ ਹੈ ਅਤੇ ਇਸ 'ਚ ਕੋਈ ਇੰਸੀਡੈਂਟ ਵੀ ਹੋਇਆ ਸੀ ਯੂ ਵਾਂਟਿਡ ਟੂ ਐਕਸ਼ਨ ਆਫ ਯੋਰ ਓਨ ਅਤੇ ਬਹੁਤ ਘੱਟ ਹੁੰਦਾ ਪੰਜਾਬੀ ਫਿਲਮਾਂ 'ਚ ਕਿ ਕਿਸੇ ਲੀਡ ਐਕਟਰੈਸ ਨੂੰ ਐਕਸ਼ਨ ਕਰਨ ਦਾ ਮੌਕਾ ਮਿਲੇ ਅਤੇ ਇਹਨਾਂ ਨੇ ਇਸ ਫਿਲਮ 'ਚ ਐਕਸ਼ਨ ਕੀਤਾ ਅਤੇ ਇਸ ਦਾ ਕੀ ਇੰਸੀਡੈਂਟ ਸੀ ਬਹੁਤ ਮੇਜਰ ਐਕਸੀਡੈਂਟ ਹੁੰਦੇ ਹੁੰਦੇ ਬੱਚਿਆ ਉਹ ਸਾਡੇ ਨਾਲ ਸ਼ੇਅਰ ਕਰੋ ਯੈਸ ਦਿਸ ਇਜ਼ ਮਾਈ ਫਸਟ ਮੂਵੀ ਜਿਹਦੇ ਵਿੱਚ ਮੈਨੂੰ ਐਕਚੁਲੀ ਐਕਸ਼ਨ ਸੀਕੁਐਂਸ ਮਿਲਿਆ ਸੀਗਾ ਕਰਨ ਦੇ ਲਈ ਐਂਡ ਅਸੀਂ ਐਕਸ਼ਨ ਦਿਸ ਵਾਜ਼ ਅ ਕਲਾਈਮੈਕਸ ਆਫ ਦ ਮੂਵੀ ਤਾਂ ਅਸੀਂ ਐਕਸ਼ਨ ਕਰ ਰਹੇ ਸੀਗੇ ਕਿ ਮੈਂ ਬਾਈਕ ਰਾਈਡ ਕਰਨੀ ਹੈ ਪਹਿਲਾਂ ਮੈਨੂੰ ਓਬਵੀਅਸਲੀ ਮੈਨੂੰ ਬਾਈਕ ਰਾਈਡ ਕਰਨੀ ਆਉਂਦੀ ਹੈ ਥੋੜ੍ਹੀ ਬਹੁਤ ਬਾਅਦ ਅਸੀਂ ਹਿਲਸ ਦੇ ਉੱਪਰ ਸ਼ੂਟ ਕਰ ਰਹੇ ਸੀਗੇ ਸੋ ਇਟ ਵਾਜ਼ ਅ ਡੀਪ ਸਲੋਪ ਐਂਡ ਓਬਵੀਅਸਲੀ ਘਬਰਾਹਟ ਦੇ ਵਿੱਚ ਆਈ ਥਿੰਕ ਮੈਂ ਬ੍ਰੇਕ ਦੀ ਜਗ੍ਹਾ 'ਤੇ ਰੇਸ ਦਬਾ ਦਿੱਤੀ ਸੋ ਇਟ ਵਾਜ਼ ਇਨ ਹਾਈ ਸਪੀਡ ਐਂਡ ਉਹਦੇ ਇੱਕ ਸਾਈਡ 'ਤੇ ਹਿਲ ਸੀ ਇੱਕ ਸਾਈਡ 'ਤੇ ਖਾਈ ਸੀਗੀ ਸੋ ਆਈ ਗੋਟ ਲਾਈਕ ਸੋ ਨਰਵਸ ਐਂਡ ਆਲ ਤੋਂ ਮੈਂ ਕੀ ਕੀਤਾ ਕਿ ਮੈਂ ਤੋਂ ਬ੍ਰੇਕ ਨਹੀਂ ਲੱਗੇ ਤੋ ਬ੍ਰੇਕ ਸਿੱਧਾ ਮੈਂ ਖਾਈ ਦੇ ਵਿੱਚ ਨੀਚੇ ਗਿਰੀ ਇਟ ਵਾਜ਼ ਆਲਮੋਸਟ 6'15" to 16' ਖਾਈ ਸੋ ਮੈਂ ਖਾਈ ਦੇ ਵਿੱਚ ਗਿਰੀ ਐਂਡ ਫੋਰ 1 second ਤੋਂ ਆਈ ਥੋੜ੍ਹ ਕੇ ਓਕੇ ਫਾਈਨ ਆਮ ਲਾਈਕ ਡੈਡ ਓਕੇ ਹੋ ਗਿਆ ਕੰਮ ਆਈ ਥੋੜ੍ਹ ਕੇ ਚਲੋ ਜੀ ਇਹ ਮੇਰੇ ਲਾਸਟ ਡੇ ਹੈਗਾ ਮੇਰੀ ਐਕਚੁਲੀ ਲਾਈਫ ਦਾ ਲਾਸਟ ਡੇ ਹੈਗਾ ਚਲੋ ਲਾਸਟ ਡੇ ਆਫ ਸ਼ੂਟ ਆਲਸੋ ਕਿ ਆਈ ਐਮ ਗੋਨ ਮੈਨੂੰ ਕੁਛ ਨਹੀਂ ਪਤਾ ਮੈਂ ਕਿੱਥੇ ਗਈ ਮੇਰੇ ਅੱਖਾਂ ਦੇ ਮੂਹਰੇ ਪੂਰਾ ਹਨੇਰਾ ਸੀਗਾ ਮੈਨੂੰ ਕੁਛ ਨਹੀਂ ਪਤਾ ਮੈਂ ਕਿੱਥੇ ਜਾ ਕੇ ਗਿਰੀ ਆਈ ਡੋਨਟ ਨੋ ਬਟ ਲੱਕੀਲੀ ਆਈ ਥਿੰਕ ਬਾਈਕ ਕਿਵੇਂ ਰੁਕੀ ਆਈ ਥਿੰਕ ਨੀਚੇ ਜਾ ਕੇ ਬਹੁਤ ਸਾਰੀਆਂ ਝਾੜੀਆਂ ਸੀਗੀਆਂ ਤੋ ਝਾੜੀਆਂ ਦੇ ਵਿੱਚ ਬਾਈਕ ਜਾ ਕੇ ਟਕਰਾਈ ਤੋ
मैं गिर गई बट मैनू कुछ नहीं पता मैं कितने आ सो मैनू आफ्टर फ्यू सैकेंड मैनू पिछे आवाज़ आ रही हैं कि सारे बोल रहे हैं मैम लभ नहीं रही एंड आई एम लाइक कुछ तो हो रहा है मैंने कुछ हले भी कुछ समझ नहीं आ रहा कि हो रहा है मैं नीचे जाके मैं इदा करके बैठी हुई हूँ मैंने कुछ नहीं पता कि हो रहा है मैंने आवाज़ आ रही हैं मैम लभ नहीं रही एंड सडनली मैंने आवाज़ आई ओ मैम लभ गए एंड आई एम लाइक मैंने कुछ नहीं पता कि हो रहा है इट वॉज बॉडी गार्ड टू ऑफ आर बॉडी गार्ड्स तो उन्होंने मैंने इदा उठाया मैंने हले भी नहीं पता कि मैं कितने हैगी उन्होंने मैंने उठाया एक्चुअली लिटरली दे पिक मी अप तो मैंने ऊपर लेके गए सो जब मैं ऊपर गई एक्चुअली होल क्रू जिन्नी उथे कास्ट सी सारे ने सोचा कि अच्छा एक्चुअली आई एम डैड बिकॉज किसी ने एक्सपैक्ट नहीं किया कि इन्नी नीची खाई च गिरोगे कि कुछ होएगा नहीं सानू लगा कि एक्चुअली शी इज़ डैड सो मेरे पीछे जो मेरे डायरेक्टर से सो घबराहट उन्होंने भी समझ नहीं आया सो ही थॉट के जो मैं एकदम नीचे जा रही थी सो उन्होंने मैनू बचाने की कोशिश करने के चक्कर वो भी नीचे गिर गए सो ही गॉट ए फ्रैक्चर ऑन हिज लैग एंड वैन एक्चुअली जो मैंने ऊपर लेके आया सो दे सॉ मी सारे फेसिस के उत्ते सारे आई हैव स्क्रैचेज इज लाइक ऑल ब्लड 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 बट लकीली देर वॉज नो इंजरी एंड सारा क्रू दे ऑल केम टू मी एंड दे से यू आर सो ब्लैस्ड तुम्हें लाइफ से कुछ बहुत अच्छा कोई काम किया होगा कि थोड़ा कोई इंजरी नहीं हुई एंड यू गॉट सेव सो आई थिंक थक लाइफ के नाल मेरी काफ़ी काफ़ी अच्छी मैमोरीज ने हियर आई एम अलाइव तो तुम फिर की सोचा हूँ इतों बाद कोई अजा पंगा नहीं लेना है फिर मन च आया बट नहीं आई लाइक एक्शन इन लाइफ आई एक्चुअली लाइक एक्शन भी एक्शन ना ना हो कि एक्शन का रिएक्शन हो जाए दैट्स ट्रू बट आई रियली लाइक एक्शन इन माई लाइफ चलो ठीक है एक्सीडेंट होया बट उस बाद I went to vanity they put like you know unhone thodi bahuti mainu clean kita and all that okay. so I thought nahi I think they said ke let's go to the hospital I said nahi I think let's finish the scene because pure unit ethe haga sab sara setup lag chukya so let's finish the scene so they are looking at my face like what you really want to do the same scene again ऐसे या देखी जाएगी ऐसे देखी जाएगी हम जो होना सी हो गया हम लाइक जो होना सी हो गया हम देखी जाएगी चलो सीन नू खत्म कर दे आज का शूट तक खत्म करिए सो आई डिड द सेम सीन अगेन एंड पीपल वर लाइक इन अ शॉक एंड दे रियली अप्रिशिएट ऑलवेज बट आई लाइक एक्शन में कुछ ना कुछ हरकत करती रहनी हूँ बट या इन्नी डेयरिंग एक्शन नहीं सोचा सीगा अच्छा तुसी कोएक्टर्स की गल की है इस तो पहले तुसी टाइगर फिल्म की है तो आई हैव सीन ऑल द इंटरव्यूज मोस्ट ऑफ द इंटरव्यूज जो किए हैं जी प्रमोशन की है इतने मैं स्पेसीफिकली एक सवाल पूछना चाहवागा जोड़े थोड़े कोएक्टर से सिप्पी उन्होंने जी थोड़ी बॉन्डिंग सी या जी प्रमोशन के दौरान आई हैव यू नो नोटिस सम काइंड ऑफ कॉन्फ्लिक्ट सो हाउ ट्रू आई वॉज या मैनू कित गलत तो नहीं लग्या खैर मैनू तो सिप्पी तो कोई कॉन्फ्लिक्ट हो नहीं सकता आई एम ए गर्ल इज अ बॉय इज अ हीरो आई एम ए हीरोइन मैंने तो कुछ हो नहीं हो सकता इदा तो कोई गल नहीं है इट्स ओनली आई फील सिप्पी का जो नेचर है थोड़ा ही इज लिटल रिजर्व सो आई थिंक दैट्स वाई पीपल फील के एक जो थोड़ी कॉमेस्ट्री होंगी आ पीपल फील के जो तुम प्रमोशन टूर पर जाते हो एक कॉमेस्ट्री होंगी पीपल लॉट ऑफ पीपल नोटिस मैंने काफ़ी लोगों ने इस सवाल मेरे पूछा भी एंड उन्होंने ये भी पूछा कि हाउ इज ही एज अ को एक्टर सर से ही इज ए अमेजिंग एज अ को एक्टर उन्होंने काफ़ी मेहनत की है उन्होंने खुद ही होम प्रोडक्शन से उन्होंने काफ़ी मेहनत की बट ओनली डिफरेंस इज ही इज लिटल रिजर्व पर्सन लाइक आई एम वेरी बबली कैरेक्टर आई एम ऑलवेज स्माइलिंग सो मैं जाके किसी ना भी गल करनी शुरू कर देंगे कुछ ही इज लिटल रिजर्व सो दैट्स वाई वो थोड़ा डिस्टेंस रहता है व्हेन समबडी इज लिटल रिजर्व सो यू ऑलवेज कीप लिटल डिस्टेंस दैट्स ऑल देयर इज नथिंग एल्स नहीं रिजर्व होना तो ठीक है पर आपस में जी केमिस्ट्री की तुम गल कर रहे हो कुछ होर केमिस्ट्री भी नज़र आ रही थी रिजर्व तो चलो बंदा होंगे लोगों नाल रिजर्व होंगे पर फिल्म प्रमोट करते हुए को एक्टर नाल that is why I'm asking you nahi edan di koi gal nahi sigi I don't know I think maybe you felt like that par edan di koi gal nahi sigi so he's a amazing he was the amazing co-actor amazing human being so edan di koi gal nahi sigi ਕਹਿਣਾ ਜੀ ਸਾਡੇ ਨਾਲ ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਅਤੇ ਹੋਪ ਕਰਦੇ ਜਿਹੜੀ ਤੁਹਾਡੀ ਨੈਕਸਟ ਮੂਵੀ ਹੈ ਠੱਗ ਲਾਈਫ ਉਸ 'ਚ ਤੁਸੀਂ ਛਾ ਜਾਓ ਥੈਂਕ ਯੂ ਸੋ ਮੱਚ ਫੋਰ ਹੈਵਿੰਗ ਮੀ ਔਨ PTC ਐਂਡ ਠੱਗ ਲਾਈਫ ਵਿਚ ਇਜ਼ ਰਿਲੀਜ਼ਿੰਗ ਔਨ 7th ਆਫ ਜੁਲਾਈ ਟੂ ਵਾਚ ਥੈਂਕ ਯੂ